ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਪਹੁੰਚ ਗਿਆ ਚੰਡੀਗੜ੍ਹ, ਅਤੇ ਅੱਜ ਜਾ ਰਿਹਾ ਇੱਕ ਵਾਰ ਫਿਰ ਤੋਂ ਪੀਲੀਭੀਤ ਯੂਪੀ ਪੂਰਨਪੁਰ, ਜਿੱਥੇ ਕਿ ਹਰਚਰਨ ਕੇਸ ਬਾਰੇ ਤੁਹਾਨੂੰ ਕੁਝ ਵੱਡੇ ਅਪਡੇਟ ਮਿਲਣਗੇ। ਵਕੀਲ ਸਾਹਿਬ ਸੁਨੀਲ ਮੱਲਨ ਜੀ ਅਤੇ ਉਹਨਾਂ ਦੀ ਟੀਮ ਦਾ ਇੰਤਜ਼ਾਰ ਹੋ ਰਿਹਾ। ਇਸ ਵੇਲੇ ਮੈਂ ਬੇਰਕਾ ਚੌਂਕ ਚੰਡੀਗੜ੍ਹ ਵਿਖੇ ਖੜ੍ਹਿਆ, ਅਤੇ ਜਲਦ ਹੀ ਵਕੀਲ ਸਾਹਿਬ ਆਉਣਗੇ ਅਤੇ ਅੱਗੇ ਦਾ ਸਫ਼ਰ ਵੀ ਤੁਹਾਨੂੰ ਇਸੇ ਤਰ੍ਹਾਂ ਬਲੌਗ 'ਚ ਦਿਖਾਵਾਂਗੇ। ਬਣੇ ਰਹੋ ਸਾਡੇ ਨਾਲ। ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਆਨ ਕਰ ਲਓ। ਸੋ ਦੋਸਤੋ, ਪੀਲੀਭੀਤ ਪੂਰਨਪੁਰ ਦਾ ਸਫ਼ਰ ਸ਼ੁਰੂ ਹੋ ਚੁੱਕਿਆ। ਪਹਿਲਾਂ ਦੀ ਤਰ੍ਹਾਂ ਡਰਾਈਵਰ ਸੀਟ 'ਤੇ ਫਿਰ ਐਡਵੋਕੇਟ ਸੁਨੀਲ ਮੱਲਨ ਜੀ ਨੇ। ਸਰ ਕਰ ਦਈਏ। ਹੈਲੋ ਜੀ। ਹੈਲੋ। ਅਤੇ ਬਾਕੀ ਨਾਲ ਲਵਪ੍ਰੀਤ ਲਵੀ ਦੇ ਮਾਮਾ ਜੀ ਅਤੇ ਐਡਵੋਕੇਟ ਰਿਪੂ ਧਵਨ ਜੀ, ਅਤੇ ਬਾਕੀ ਅੱਗੇ ਲਵੀ ਦੇ ਫਾਦਰ ਸਾਹਿਬ ਹੋਰ ਬੈਠੇ ਨੇ ਜੀ ਇੱਧਰ। ਬਾਕੀ ਅੱਗੇ ਦੇਖਦੇ ਰਹੋਗੇ ਵਲੌਗ ਦੇ ਵਿੱਚ ਤੁਸੀਂ। ਸੋ ਬਣੇ ਰਹੋ ਬਲੌਗ ਦੇ ਨਾਲ, ਕਿਉਂਕਿ ਪਹਿਲਾਂ ਅਸੀਂ ਵੀ ਨਵੇਂ ਦੀ ਹੁਣ ਥੋੜ੍ਹੇ ਜਿਹੇ ਪੁਰਾਣੇ ਹੋ ਗਏ ਅਸੀਂ ਯੂਪੀ ਨਾਲੇ ਚੱਲਦੇ ਪਏ। ਹਾਂਜੀ। ਨਾਲੇ ਅਸੀਂ ਇਹ ਵੀ ਦੱਸ ਦਈਏ ਕਿ ਅਸੀਂ ਸਾਡੇ ਜਿਹੜੇ ਅੱਜ ਟੂਰ ਪਲਾਨ 'ਚ SSP ਨੂੰ ਮਿਲਣਾ, CP ਉੱਥੋਂ ਦਾ ਜਿਹੜਾ CMO ਹੈ ਜਾਂ ਹੋਰ ਜਿੰਨੇ ਵੀ ਅਹੁਦਾ ਅਧਿਕਾਰੀ ਨੇ, ਈਵਨ ਸੈਸ਼ਨ ਕੋਰਟ 'ਚ ਅਸੀਂ ਜਾਣਾ, ਲੋਕਲ ਐਡਵੋਕੇਟਸ ਨਾਲ ਵੀ ਅਸੀਂ ਰਾਬਤਾ ਕਾਇਮ ਕਰਨਾ ਤਾਂ ਕਿ ਜਿਹੜੀ ਵੀ ਕਾਰਵਾਈ ਹੈ ਲੀਗਲ ਉਹਨੂੰ ਥੋੜ੍ਹਾ ਅੱਗੇ ਵਧਾ ਸਕੀਏ। ਸੋ ਆਪਣੇ ਲੈਪਟੋਪ ਪ੍ਰਿੰਟਰ ਦੇ ਸਾਰੇ ਦਸਤਾਵੇਜ਼ ਨਾਲ ਲੈ ਕੇ ਜਾ ਰਹੇ ਹਾਂ, ਅਤੇ ਹੋ ਸਕਿਆ ਜੇ ਲਖਨਊ ਵੀ ਜਾਣਾ ਪਿਆ ਤਾਂ ਐਤਕੀ ਸ਼ਾਇਦ ਲਖਨਊ ਦਾ ਵੀ ਗੇੜਾ ਪਾਈਏ, ਬਾਕੀ ਮਾਹੌਲ ਅਤੇ ਮੌਕਾ ਦੱਸੇਗਾ। ਸੋ ਜੁੜੇ ਰਹੋ ਸਾਡੇ ਨਾਲ, ਦੱਸਦੇ ਹਾਂ ਸਾਰੀਆਂ ਟਾਈਮ ਟੂ ਟਾਈਮ ਗੱਲਾਂ। ਕਾਫੀ ਦੋਸਤਾਂ ਦੇ ਮੈਸੇਜ ਵਟਸਐਪ 'ਤੇ ਆ ਰਹੇ ਸੀ, ਕਮੈਂਟ ਵੀ ਆ ਰਹੇ ਸੀ ਕਿ ਇੰਨਾ ਟਾਈਮ ਕੋਈ ਅਪਡੇਟ ਕਿਉਂ ਨਹੀਂ ਆਇਆ। ਉਹਦਾ ਕਾਰਨ ਇਹ ਸੀ ਵੀ ਜਿਹੜੀ ਕਾਰਵਾਈ ਚੱਲ ਰਹੀ ਆ ਉਹਦਾ ਪਹਿਲਾਂ ਡਿਸਕਲੋਜ਼ ਨਹੀਂ ਕਰ ਸਕਦੇ ਸੀ, ਹੁਣ ਤੁਹਾਨੂੰ ਰੈਗੂਲਰ ਅਪਡੇਟ ਮਿਲਣਗੇ ਇਸ ਕੇਸ ਦੇ। ਸੋ ਬਣੇ ਰਹਿਣਾ ਸਾਡੇ ਨਾਲ। ਫਸਟ ਸਟੋਪੇਜ ਆ ਗਿਆ ਜੀ, ਇਹ ਦੇਖ ਸਕਦੇ ਤੁਸੀਂ ਚੰਡੀਗੜ੍ਹ ਟੂ ਦਿੱਲੀ ਰੋਡ, ਇਹ ਮਿੱਤਰਾਂ ਦਾ ਢਾਬਾ। ਥੋੜ੍ਹੇ ਥੋੜ੍ਹੇ ਬਣਾਈ ਜਾਂਦੀ ਲੱਸੀ ਵੀ ਤਾਜ਼ੀ ਹੋ ਰੇਡ ਕਰੇ, ਲੱਸੀ ਤਾਜ਼ੀ ਹੋਈ ਆ। ਹਾਂਜੀ ਹਾਂਜੀ। ਹੈਲੋ ਹੈਲੋ। ਹਾਂਜੀ ਭਾਅ ਜੀ, ਠੀਕ ਹੈ ਜੀ। ਉਹ ਕਿੱਦਾਂ? ਠੀਕ ਹੈ ਜੀ। ਕਿਹਦੀ? ਅੱਛਾ 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 ਅੱਛਾ। ਆਪਾਂ ਉਹਨਾਂ ਉੱਥੇ ਹੀ ਠਹਿਰਨਾ ਉਹਨਾਂ ਘਰ ਹੀ। ਅੱਛਾ ਠੀਕ ਹੈ ਠੀਕ ਹੈ ਜੀ। ਬਸ ਠੀਕ ਹੈ ਠੀਕ ਹੈ, ਨੋ ਪ੍ਰੋਬਲਮ ਆ ਜੀ, ਸਾਨੂੰ ਕੋਈ ਫਰਕ ਨਹੀਂ। ਤੁਹਾਨੂੰ ਅਸੀਂ ਦੱਸ ਦਾਂਗੇ 9 ਵਜੇ ਫੋਨ ਕਰਕੇ ਵੀ ਘਰੇ ਖਾਵਾਂਗੇ ਕਿ ਖਾ ਕੇ ਆਵਾਂਗੇ। ਓਕੇ ਜੀ, ਬਾਏ। ਕੌਣ ਮੰਗਦਾ? ਦੇਖ ਸਕਦੇ ਦੋਸਤੋ ਕਿਸ ਤਰ੍ਹਾਂ ਦੇ ਰਸਤਿਆਂ ਦੇ ਵਿੱਚ ਦੀ ਜਾ ਰਿਹਾ। ਪਿੱਛੇ ਵੀਡੀਓ ਨਹੀਂ ਬਣਾ ਸਕੇ ਕਿਉਂਕਿ ਥੋੜਾ ਮੌਸਮ ਖਰਾਬ ਸੀ ਤੇ ਕਾਲੀ ਵੀ ਸੀ, ਟ੍ਰੈਫਿਕ ਜਾਮ ਕਾਫੀ ਸੀ, ਕਿਉਂਕਿ ਆ ਵੀ ਦੇਖ ਸਕਦੇ ਤੁਸੀਂ ਸਾਰਾ ਰਸਤਾ ਵੀ ਕਾਫੀ ਖਰਾਬ ਆ ਤੇ ਟ੍ਰੈਫਿਕ ਵੀ ਕਾਫੀ ਜ਼ਿਆਦਾ ਆ। ਪਰ ਫਿਰ ਵੀ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਸੱਚੀ ਤੇ ਸਟੀਕ ਖਬਰ ਮਿਲੇਗੀ, ਸੋ ਉਸੇ ਤਰ੍ਹਾਂ ਹੀ ਤੁਹਾਡੇ ਤੱਕ ਸੱਚੀ ਖਬਰ ਲੈ ਕੇ ਆਉਣ ਦੇ ਲਈ ਇੱਕ ਵਾਰ ਫਿਰ ਤੋਂ ਚੱਲ ਪਿਆ ਉਸੇ ਪੂਰਨਪੁਰ ਪੀਲੀਭੀਤ ਦੇ ਰਸਤੇ ਤੇ।
ਥੋੜੇ ਦੇਰ ਲੇਟ ਜ਼ਰੂਰ ਹੈ ਪਰ ਦੋਸਤੋ ਜਿਵੇਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਸੱਚੀ ਤੇ ਸਟੀਕ ਖਬਰ ਮਿਲੇਗੀ ਸੋ ਇਸ ਲਈ ਤੁਹਾਨੂੰ ਪੂਰਨਪੁਰ ਪੀਲੀਭੀਤ ਪਹੁੰਚ ਕੇ ਅੱਜ ਇਸ ਵਾਰ ਕੁਝ ਵੱਡੇ ਐਕਸਕਲੂਸਿਵ ਖੁਲਾਸੇ ਹੋਣਗੇ ਜਿਹੜੇ ਕਿ ਅੱਜ ਤੋਂ ਪਹਿਲਾਂ ਤੁਸੀਂ ਇਸ ਕੇਸ ਦੇ ਵਿੱਚ ਨਹੀਂ ਸੁਣੇ ਸੋ ਬਣੇ ਰਹੋ ਸਾਡੇ ਨਾਲ ਸੁਨੀਲ ਮੱਲਨ ਐਡਵੋਕੇਟ ਯੂਟਿਊਬ ਚੈਨਲ ਤੇ ਅਨਲਿਮਿਟਡ ਗਿਆਨ ਯੂਟਿਊਬ ਚੈਨਲ ਤੇ ਤੁਹਾਨੂੰ ਜਲਦ ਹੀ ਬਹੁਤ ਐਕਸਕਲੂਸਿਵ ਵੀਡੀਓਜ਼ ਮਿਲਣਗੀਆਂ ਸੋ ਤੁਸੀਂ ਜੁੜੇ ਰਹਿਣਾ ਤੇ ਨਾਲ ਹੀ ਦੋਸਤੋ ਦੱਸ ਦਈਏ ਕਿ ਕੁਝ ਕੁ ਦੋਸਤ ਸ਼ਾਇਦ ਕਾਲੇ ਪੈ ਜਾਂਦੇ ਨੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਪਿਆਰ ਤੇ ਵਿਸ਼ਵਾਸ ਪਹਿਲਾਂ ਦੇਖ ਪਰਖ ਕੇ ਕਰਿਆ ਕਰੋ ਜੇਕਰ ਕਿਸੇ ਤੇ ਕਰਦੇ ਤਾਂ ਵਿਸ਼ਵਾਸ ਰੱਖਿਆ ਕਰੋ ਤੁਹਾਡੇ ਜੋ ਇੱਛਾਵਾਂ ਨੇ ਜੋ ਤੁਸੀਂ ਚਾਹੁੰਦੇ ਹੋ ਉਹਦੇ ਪੂਰੇ ਉਤਰਾਂਗੇ ਬਿਲਕੁਲ ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦਿੰਦੇ ਰਹਾਂਗੇ ਸੋ ਤੁਸੀਂ ਬਣੇ ਰਹਿਣਾ ਸਾਡੇ ਨਾਲ ਬਾਕੀ ਦੁਨੀਆਂ ਵਾਂਗੂ ਐਵੇਂ ਜਦੋਂ ਚੁੱਕ ਕੇ ਪਾ ਸਕਦੇ ਹਾਂ ਪਰ ਜੇ ਅਸੀਂ ਵੀ ਉਹ ਕੁਛ ਕਰਨ ਲੱਗ ਪਏ ਤੇ ਸਾਡੇ ਤੇ ਦੁਨੀਆਂ 'ਚ ਫਰਕ ਕੋਈ ਨਹੀਂ ਰਹਿਣਾ ਸੋ ਕਾਤਲ ਕੌਣ ਹੈ ਕਿਹੜਾ ਆਈਓ ਲੱਗਾ ਏਜੰਸੀ ਕਿੱਥੇ ਕਿੱਥੇ ਤੱਕ ਕੰਮ ਕਰ ਚੁੱਕੀ ਹੈ ਸਾਡਾ ਐਕਸ਼ਨ ਪਲਾਨ ਕੀ ਰਹੇਗਾ ਅਗਲਾ ਕਿਹਦੇ ਨਾਲ ਅਸੀਂ ਕਿਹੜੀ ਵਾਰਤਾਲਾਪ ਕਰਾਂਗੇ ਸੀਐਮ ਨੂੰ ਮਿਲਣਾ ਐਸਪੀ ਨੂੰ ਮਿਲਣਾ ਡੀਸੀ ਨੂੰ ਮਿਲਣਾ ਤੇ ਮਾਨਯੋਗ ਸੈਸ਼ਨ ਜੱਜ ਸਾਹਿਬ ਨੂੰ ਮਿਲਣਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਕਿੱਥੇ ਕਿੱਥੇ ਅਸੀਂ ਕੀ ਕਰਦੇ ਹਾਂ ਔਰ ਕਿਹਦੇ ਨਾਲ ਕੀ ਵਾਰਤਾਲਾਪ ਹੋਈ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵਾਰਤਾਲਾਪ ਕਰਕੇ ਤੁਹਾਨੂੰ ਦਿਖਾਈ ਜਾਵੇ ਜੇ ਸਾਨੂੰ ਪਰਮਿਸ਼ਨ ਮਿਲੇਗੀ ਉਹਨਾਂ ਨਾਲ ਪ੍ਰੈਸ ਦੇ ਸਾਨੂੰ ਰਿਕਾਰਡਿੰਗ ਕਰਕੇ ਸੁਣਾਉਣ ਦੀ ਉਹ ਵੀ ਸੁਣਾਵਾਂਗੇ ਔਰ ਕਤਲ ਦੇ ਵਿੱਚ ਹੋਰ ਕਿਹੜੇ ਕਿਹੜੇ ਪੁਖਤਾ ਸਬੂਤ ਸਾਡੇ ਹੱਥ ਲੱਗੇ ਨੇ ਜਾਂ ਅਸੀਂ ਕਿਹੜੇ ਡਿਪਾਰਟਮੈਂਟ ਨੂੰ ਕੀ ਕਹਿਣਾ ਇਹ ਸਾਰੀਆਂ ਗੱਲਾਂ ਦੇ ਉੱਤੇ ਤਾਂ ਕਿ ਅਸੀਂ ਹੁਣ ਅਗਲੇ ਨੈਕਸਟ ਪੜਾਓ 'ਤੇ ਪਹੁੰਚ ਸਕੀਏ ਸੋ ਪਰਿਵਾਰ ਨਾਲ ਸਾਡੀ ਗੱਲ ਹੋ ਗਈ ਹੈ ਅਸੀਂ ਰੂਟ 'ਤੇ ਹਾਂ ਪੰਜ ਜਾਣੇ ਚੱਲੇ ਹੋਏ ਹਾਂ ਸਵੇਰੇ ਲਗਭਗ 11 ਵਜੇ ਤੋਂ ਔਰ ਪਰਿਵਾਰ ਨਾਲ ਹੈ ਕਤਲ ਕਿੰਨੇ ਕੀਤਾ ਕਿਹਨੂੰ ਨਾਮਜ਼ਦ ਕਰਨਾ ਚਾਹੀਦਾ ਸੀਨ ਰੀਕ੍ਰੀਏਸ਼ਨ ਟੀਮ ਬਾਰੇ ਸੋ ਬੜੇ ਸਾਰੇ ਸਵਾਲ ਨੇ ਸੋ ਕੁਛ ਲੋਕ ਕਹਿੰਦੇ ਆ ਵੀ ਜਾਣ ਕੇ ਨੀ ਤੁਸੀਂ ਦੱਸਦੇ ਇੱਕ ਗੱਲ ਦੱਸਦੀ ਬਿਲਕੁਲ ਠੀਕ ਕਹਿੰਦੇ ਹੋ ਤੁਸੀਂ ਜਿੰਨਾ ਪਬਲਿਕ ਦਾ ਰਾਈਟ ਹੈ ਔਰ ਜਿੰਨਾ ਪਬਲਿਕ ਡੋਮੇਨ 'ਚ ਰਾਈਟ ਹੈ ਉਹ ਸੂਚਨਾ ਸਾਡੀ ਬਿਲਕੁਲ ਸੱਚੀ ਹੁੰਦੀ ਹੈ ਜਦੋਂ ਕਾਪੀ ਨਹੀਂ ਅਸੀਂ ਕਰਦੇ ਓਰੀਜਿਨਲ ਦਿੰਦੇ ਹਾਂ ਅਸੀਂ ਸਾਰਾ ਕੰਟੈਂਟ ਸਾਡਾ ਬਿਲਕੁਲ ਸੱਚਾ ਅਤੇ ਓਰੀਜਿਨਲ ਹੁੰਦਾ ਹਾਂ ਜਿੰਨਾ ਪਬਲਿਕ ਡੋਮੇਨ 'ਚ ਦਿਖਾਉਣ ਲਾਇਕ ਹੁੰਦਾ ਓਨਾ ਹੀ ਦਿਖਾਇਆ ਜਾਂਦਾ ਹੈ ਕੇਸ ਦਾ ਨੁਕਸਾਨ ਵੀ ਨਾ ਹੋਵੇ ਕੇਸ ਦਾ ਨੁਕਸਾਨ ਨਾ ਹੋਵੇ ਕੋਈ ਬੰਦਾ ਉਹਨੂੰ ਮਿਸਯੂਜ਼ ਨਾ ਕਰੇ ਕਿਉਂਕਿ ਜਿਹੜੇ ਛੁੰਛਣੇ ਟੀਵੀ ਲੱਗੇ ਅੱਜ ਕੱਲ੍ਹ ਉਹ ਕੁਛ ਵੀ ਖਬਰ ਕਿਤੋਂ ਵੀ ਚੁੱਕਦੇ ਆ ਕੁਛ ਵੀ ਬਣਾ ਦਿੰਦੇ ਆ ਔਰ ਫਿਰ ਉਹਦੇ ਖਮਿਆਜ਼ੇ ਭੁਗਤਦੇ ਫਿਰਦੇ ਆ ਉਹਨਾਂ ਦੇ ਪਰਚੇ ਵੀ ਹੁੰਦੇ ਨੇ ਸੋ ਸਾਡਾ ਇਹੋ ਜਿਹਾ ਕੋਈ ਮੋਟਿਵ ਨਹੀਂ ਹੈ ਨਾ ਸਾਡਾ ਕੋਈ ਯੂਟਿਊਬ ਚੈਨਲ ਚਲਾਉਣ ਦਾ ਮੋਟਿਵ ਹੈ ਸਾਡਾ ਮੋਟਿਵ ਇੱਕੋ ਹੀ ਹੈ ਸੱਚੀ ਸਟੀਕ ਓਨੈਸਟ ਖਬਰ ਓਨੈਸਟ ਡਾਟਾ ਜੋ ਪਬਲਿਕ ਡੋਮੇਨ ਜਾਣਾ ਚਾਹੇ ਦੇਵਾਂਗੇ ਸੋ ਐਤਕੀ ਦੇ ਟੂਰ ਸਾਡਾ 4 ਕੁ ਦਿਨ ਦਾ ਰਹੇਗਾ ਕੱਲ੍ਹ ਸਵੇਰ ਤੋਂ ਕੰਮ ਸ਼ੁਰੂ ਹੋ ਜਾਏਗਾ ਇਸ ਵੇਲੇ ਸ਼ਾਮ ਦੇ ਕੋਈ 6:45 ਵੱਜ ਚੁੱਕੇ ਨੇ ਸੜਕ ਹਾਲਾਤ ਮੌਸਮ ਪਰਚੀ ਤੁਸੀਂ ਦੇਖ ਸਕਦੇ ਹੋ ਔਰ ਅਸੀਂ ਇਸ ਵੇਲੇ ਗਜਰੌਲਾ ਪਿੰਡ ਆਉਂਦਾ ਰਸਤੇ 'ਚ ਹਲਦੀਰਾਮ ਆ ਗਿਆ ਔਰ ਗਜਰੌਲਾ ਪਿੰਡ ਆਉਂਦਾ ਰਸਤੇ 'ਚ ਅਸੀਂ ਉਸ ਗਜਰੌਲਾ ਪਿੰਡ ਦੇ ਕੋਲ ਆ ਔਰ ਇੱਥੋਂ ਹਾਲੇ ਸਾਡਾ 300 ਕਿਲੋਮੀਟਰ ਲਗਭਗ ਸਫ਼ਰ ਹੋ ਰਿਹਾ ਸੋ ਟ੍ਰੈਫਿਕ ਬੜੀ ਮਜ਼ੇਦਾਰ ਹੈ ਲੋਕ ਕਿਤੋਂ ਵੀ ਆ ਜਾਂਦੇ ਨੇ ਕਿਸੇ ਪਾਸਿਓਂ ਵੀ ਨਿਕਲ ਆਉਂਦੇ ਨੇ ਅਤੇ ਗੱਡੀ ਨੂੰ ਰਸਤਾ ਮੁਸ਼ਕਿਲ ਹੀ ਮਿਲਦਾ ਹੈ ਪਰ ਫਿਰ ਵੀ ਮੰਜ਼ਿਲ 'ਤੇ ਪਹੁੰਚਣਾ ਜ਼ਰੂਰੀ ਹੈ ਜਲਦੀ ਪਹੁੰਚਣਾ ਜ਼ਰੂਰੀ ਨਹੀਂ ਪਰ ਪਹੁੰਚਣਾ ਜ਼ਰੂਰੀ ਹੈ ਸੋ ਪਹੁੰਚਾਂਗੇ ਔਰ ਸ਼ਾਮ ਨੂੰ ਪਰਿਵਾਰ ਨਾਲ ਮੁਲਾਕਾਤ ਹੋਏਗੀ ਪਰਿਵਾਰ ਨਾਲ ਹੋਈਆਂ ਗੱਲਾਂ ਘਰ ਦਾ ਵੀਡੀਓ ਬਾਕੀ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਪਰਿਵਾਰ ਨੇ ਵੀ
ਸਾਡਾ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਨੇ। ਖਾਸ ਗੱਲ ਇਹ ਹੈ ਕਿ ਹਰਚਰਨ ਦਾ ਪਰਿਵਾਰ ਉਹਦੇ ਮਾਤਾ ਜੀ ਕਾਫੀ ਉਤਸੁਕਤਾ ਦੇ ਨਾਲ ਉਡੀਕ ਕਰ ਰਹੇ ਨੇ ਵਕੀਲ ਸਾਹਿਬ ਦੀ, ਕਿਉਂਕਿ ਜੋ ਉਮੀਦ ਦੀ ਕਿਰਨ ਉਹਨਾਂ ਨੂੰ ਹੁਣ ਲੱਗੀ ਹੈ ਕਿ ਇੱਕ ਵਾਰ ਕੇਸ ਬੰਦ ਹੋ ਚੁੱਕਿਆ ਸੀ, ਪੁਲਿਸ ਨੇ ਇੱਕ ਤਰੀਕੇ ਨਾਲ ਗੱਲ ਨਿਬੇੜਤੀ ਸੀ ਕਿ ਮੁੰਡਾ ਕਰੰਟ ਲੱਗ ਕੇ ਮਰਿਆ, ਤੇ ਉਹ ਤੋਂ ਬਾਅਦ ਚ ਕੋਈ ਅੱਗੇ ਦਾ ਕੋਈ ਕਲਿਊ ਨਹੀਂ ਹੈਗਾ। ਪਰ ਜਦੋਂ ਦੇ ਵਕੀਲ ਸਾਹਿਬ ਨੇ ਕੇਸ ਆਪਣੇ ਹੱਥ ਚ ਲਿਆ, ਪਰਿਵਾਰ ਦੀ ਪੈਰਵਾਈ ਸ਼ੁਰੂ ਕੀਤੀ ਹੈ, ਜੋ ਹਿੱਲ ਜੁੱਲ ਹੋਈ ਹੈ। ਹਾਲਾਂਕਿ ਤੁਹਾਨੂੰ ਵੀ ਕਾਫੀ ਅਪਡੇਟ ਮਿਲੇ ਨੇ, ਦਿੱਤੇ ਨੇ, ਕਾਫੀ ਨਹੀਂ ਵੀ ਦਿੱਤੇ ਕੇਸ ਦੇ ਅਸਰ ਪੈਣ ਕਰਕੇ, ਕਿ ਬਹੁਤ ਜ਼ਿਆਦਾ ਹਿਲਜੁਲ ਵੱਡੀ ਗਿਣਤੀ ਦੇ ਵਿੱਚ ਹੋਈ ਹੈ, ਉਸ ਕਰਕੇ ਪਰਿਵਾਰ ਦੇ ਵਿੱਚ ਉਮੀਦ ਦੀ ਇੱਕ ਕਿਰਨ ਹੈ। ਉਹਦੇ ਕਰਕੇ ਜੋ ਹਰਚਰਨ ਵੀਰ ਹੈ ਸਾਡਾ, ਜੋ ਮਰਹੂਮ ਹਰਚਰਨ ਕਹਿ ਸਕਦੇ ਹਾਂ, ਜੋ ਇਸ ਦੁਨੀਆਂ ਤੇ ਨਹੀਂ ਇਸ ਵੇਲੇ, ਉਸ ਦੀ ਮੌਤ ਦੇ ਇਨਸਾਫ਼ ਦੇ ਲਈ ਉਹਨਾਂ ਦਾ ਪਰਿਵਾਰ ਵੀ ਵਕੀਲ ਸਾਹਿਬ ਦੀ ਕਾਫੀ ਬੇਸਬਰੀ ਦੇ ਨਾਲ, ਉਤਸੁਕਤਾ ਦੇ ਨਾਲ ਉਡੀਕ ਕਰ ਰਿਹਾ ਹੈ। ਵਾਰ ਵਾਰ ਫੋਨ ਆ ਰਹੇ ਨੇ ਉਹਨਾਂ ਦੇ। ਸੋ ਦਿਆਂਗੇ ਸਾਰੇ ਅਪਡੇਟ, ਔਰ ਕਾਪੀ ਕੈਟਸ ਤੋਂ ਬਚੋ, ਸੱਚੀ ਤੇ ਇਮਾਨਦਾਰੀ ਤੇ ਓਰਿਜਿਨਲ ਖਬਰ ਲਈ ਦੋ ਹੀ ਚੈਨਲ ਨੇ ਆਪਣੇ, ਇੱਕ ਅਨਲਿਮਿਟਿਡ ਗਿਆਨ ਹੈ ਮੇਨ, ਔਰ ਸੁਨੀਲ ਮਲਨ ਯੂਟਿਊਬ ਚੈਨਲ ਹੈ। ਉਸ ਤੋਂ ਇਲਾਵਾ ਤਿੰਨ ਹੋਰ ਨੇ ਸਾਡੇ ਆਪਣੇ ਚੈਨਲ ਜਿਹੜੇ ਸਾਡੇ ਬੱਚਿਆਂ ਦੇ ਆ, ਸਾਡੇ ਉਹਦੇ 'ਚੋਂ ਨੇ। ਜ਼ਰਾ ਸਾਹਮਣੇ ਦਿਖਾਓ ਪਬਲਿਕ ਨੂੰ ਕਿ ਅਸੀਂ ਡੇ ਸਨੋ 'ਚੋਂ ਲੰਘ ਰਹੇ ਹਾਂ, ਮਿੱਟੀ ਦੇ ਪਹਾੜ। ਕੈਮਰੇ 'ਚ ਇੰਨਾ ਜਜਮੈਂਟ ਨਹੀਂ ਹੋ ਰਹੀ ਹੋਣੀ, ਪਰ ਕਾਫੀ ਜ਼ਿਆਦਾ ਧੂੜ ਮਿੱਟੀ ਹੈ, ਕਾਫੀ ਰਿਸਕੀ ਮਾਹੌਲ ਹੈ, ਕਿਉਂਕਿ ਧੂੜ ਮਿੱਟੀ ਦੇ ਵਿੱਚ ਕੁਛ ਵੀ ਹੋ ਸਕਦਾ, ਸਾਹਮਣੇ ਕੋਈ ਵਿਜੀਬਿਲਟੀ ਨਹੀਂ ਹੈਗੀ। ਤੇ ਵਿਰਾਸਤ ਲਾਈਵ, ਵਿਰਾਸਤ ਲਾਈਵ ਟੀਵੀ ਹੈ ਇੱਕ, ਆਪਣੇ ਕੋਲ ਦੂਸਰਾ ਸਵੈਗ ਪੰਜਾਬ ਹੈ, ਤੇ ਇੱਕ ਫੋਕਸ ਸ਼ੋ ਕਰਕੇ, ਫੋਕਸ ਸ਼ੋ। ਇਹ ਪੰਜ ਚੈਨਲ ਨੇ ਜਿਹਦੇ ਤੇ ਤੁਹਾਨੂੰ ਬਿਲਕੁਲ ਓਰਿਜਿਨਲ ਲੇਟੈਸਟ ਤੇ ਜੈਨੂਇਨ ਕੰਟੈਂਟ ਮਿਲੇਗਾ। ਸਾਡੇ ਇੱਕ ਗਰੁੱਪ ਦੇ ਚੈਨਲ ਨੇ, ਜਾਣ ਕੇ ਇੱਥੇ ਸਾਡੀ ਜ਼ਿੰਮੇਵਾਰੀ ਹੋਊਗੀ ਕੋਈ ਗਲਤ ਨਿਊਜ਼ ਨਹੀਂ ਹੋਊਗੀ ਇਹਨਾਂ ਤੇ। ਬਿਲਕੁਲ। ਸੋ ਬਾਕੀ ਕਾਪੀ ਕੈਟਸ ਤੋਂ ਬਚੋ, ਬਾਕੀ ਕੁਛ ਲੋਕ ਸਾਡੇ ਵੀਡੀਓਜ਼ ਤੋਂ ਹੀ ਵੀਡੀਓ ਚੁੱਕਦੇ ਨੇ, ਕੁਛ ਆਵਾਜ਼ 'ਚ ਕਰੈਕਸ਼ਨ ਕਰਦੇ ਨੇ, ਕੁਛ ਡੱਬਿੰਗ ਕਰਦੇ ਨੇ ਤੇ ਪਾ ਦਿੰਦੇ ਨੇ, ਸੁਣ ਕੇ ਬੋਲਦੇ ਨੇ। ਅਸੀਂ ਹਾਂ ਕੁਛ ਸੁਣ ਕੇ ਬੋਲੀ ਜਾਂਦੇ ਨੇ, ਜਦੋਂ ਉਹਨਾਂ ਕੋਲੋਂ ਉਹਨਾਂ ਦਾ ਅਸੀਂ ਚੈਨਲ ਦੇ ਆਈਡੀਜ਼ ਮੰਗਦੇ ਹਾਂ ਤੇ ਉਹ ਨਹੀਂ ਦਿੰਦੇ, ਉਹ ਇਹੋ ਜਿਹੇ ਚੁੰਚਨੇ ਟੀਵੀਆਂ ਤੋਂ ਬਚਿਓ, ਉਹਨਾਂ ਨੂੰ ਅਨਸਬਸਕ੍ਰਾਈਬ ਕਰੋ, ਉਹਨਾਂ ਤੋਂ ਬਾਹਰ ਨਿਕਲੋ। ਬਾਕੀ ਤੁਹਾਡੀ ਮਰਜ਼ੀ ਹੈ, ਅਸੀਂ ਤੁਹਾਨੂੰ ਕੰਪੈਲ ਨਹੀਂ ਕਰਦੇ। ਬਟ ਅੱਛਾ, ਕਈ ਚੈਨਲ ਤੇ ਐਸੇ ਵੀ ਨੇ ਨਹੀਂ, ਕੁਛ ਯੂਟਿਊਬਰ ਐਸੇ ਵੀ ਨੇ, ਉਹਨਾਂ ਨੂੰ ਗਾਲਾਂ ਲਿਖਿਆ ਲੋਕਾਂ ਨੇ ਸ਼ਰੇਆਮ, ਗੰਦੀਆਂ ਗਾਲਾਂ, ਉਹਨਾਂ ਨੂੰ ਫਿਰ ਵੀ ਸ਼ਰਮ ਨਹੀਂ ਆਉਂਦੀ, ਉਹ ਫਿਰ ਵੀ ਬਸ ਪੀਲੀ ਜੀ ਪੱਗ ਬੰਨ ਕੇ ਤੇ ਲੱਗ ਜਾਂਦੇ ਨੇ ਇਸੇ ਕੰਮ। ਮੈਂ ਨਾ ਮੰਨੂ, ਤੇ ਉਹ ਦੋ ਜਾਣੇ ਨੇ ਆਪਣੇ ਆਪ ਹੀ ਆਪਸ ਹੀ ਗੱਲਾਂ ਕਰੀ ਜਾਂਦੇ ਆ, ਜਦਕਿ ਉਹਨਾਂ ਕੋਲ ਕੋਈ ਕੁਆਲੀਫਿਕੇਸ਼ਨ, ਕੋਈ ਰੁਤਬਾ, ਕੁਛ ਨਹੀਂ ਹੈਗਾ, ਨਾ ਉਹ ਪ੍ਰੈਸ ਰਿਪੋਰਟਰ ਹੈ, ਨਾ ਉਹ ਜਰਨਲਿਸਟ ਹੈ। ਸੋ ਪਹਿਲਾਂ ਮੈਂ ਕਿਹਾ ਚੁੱਕਾ ਵੀ ਉਹਨਾਂ ਨੂੰ ਜਰਨਲਿਸਟ ਕਿੱਥੋਂ ਸ਼ੁਰੂ ਹੁੰਦਾ ਪੁੱਛਿਆ ਜਾਵੇ, ਜੇ ਤੋਂ ਕਿ ਜੀ ਤੋਂ, ਸਪੈਲਿੰਗ ਵੀ ਪੂਰੇ ਸੁਣਾ ਜਾਂਦੇ, ਗੱਲ ਕਰਾਂਗੇ। ਉਹ ਮੀਡੀਆ ਚੈਨਲ ਨੂੰ ਪ੍ਰੈਸ ਰਿਪੋਰਟਰ ਕਹੀ ਜਾਂਦੇ ਨੇ, ਇਹ ਨਹੀਂ ਪਤਾ ਵੀ ਪ੍ਰੈਸ ਹੋਈ ਵੀ ਪ੍ਰੈਸ ਹੁੰਦੀ ਆ, ਜਿਹੜਾ ਪ੍ਰਿੰਟ ਮੀਡੀਆ ਹੁੰਦਾ ਉਹਨੂੰ ਪ੍ਰੈਸ ਕਹਿੰਦੇ ਨੇ, ਇਹ ਮੀਡੀਆ ਰਿਪੋਰਟਰ ਹੁੰਦਾ ਜਿਹੜਾ ਵੈਬ ਚੈਨਲ। ਔਰ ਓਵਰ ਯੂਟਿਊਬ ਇਜ਼ ਨਾਟ, ਯੂਟਿਊਬਰ ਇਜ਼ ਨਾਟ ਏ ਪ੍ਰੈਸ ਰਿਪੋਰਟਰ, ਯੂਟਿਊਬ ਇੱਕ ਐਂਟਰਟੇਨਮੈਂਟ ਹੈ, ਔਰ ਉਹਨੂੰ ਵੀ ਮਿਸਯੂਜ਼ ਕਰਦੇ ਨੇ ਲੋਕ, ਤੇ ਕਰੀ ਜਾਣ, ਦੋਜ਼ ਆਰ ਨਾਟ ਅਵਰ ਬ੍ਰੈਡ ਐਂਡ ਬਟਰ। ਸੋ ਬੀ ਅਲਰਟ, ਬੀ ਲੋਜੀਕਲ, ਬੀ ਸਿੰਸੀਅਰ ਟੂ ਦਾ ਵਰਕ ਵੀ ਡੂ। ਸੋ ਥੈਂਕ ਯੂ, ਮਿਲਦੇ ਹਾਂ ਜਲਦੀ। ਓਕੇ ਦੋਸਤੋ, ਔਨ ਅ ਲੌਂਗ ਡਰਾਈਵ ਅਗੇਨ ਫੋਰ ਜਸਟਿਸ, ਆਈ ਐਮ ਵਿਦ ਮਾਈ ਫਰੈਂਡ ਰਿਪੂ ਦਮਨ, ਔਰ ਲਵਪ੍ਰੀਤ ਜਿਹੜਾ ਲਵੀ ਹੈ ਉਹਦੇ ਪਾਪਾ ਸਾਡੇ ਨਾਲ ਨੇ, ਉਹਦੇ ਮਾਮਾ ਜੀ ਵੀ ਸਾਡੇ ਨਾਲ ਨੇ, ਉਹਨਾਂ ਦੀ ਵੀ ਇੱਛਾ ਸੀ ਕਿ ਮੈਂ ਵੀ ਉਸ ਪਰਿਵਾਰ ਨਾਲ ਮਿਲਾਂ ਅਤੇ ਸਾਂਤਵਨਾ ਦੇ ਕੇ ਆਵਾਂ। ਸੋ ਜਰਨੀ ਜਾਰੀ ਹੈ, ਪਹੁੰਚਾਂਗੇ, ਕੰਮ ਕਰਾਂਗੇ, ਵਾਪਸ ਆਵਾਂਗੇ, ਫਿਰ ਅਗਲੇ ਕੰਮ ਲਈ ਫਿਰ ਦੁਬਾਰਾ ਜਾਵਾਂਗੇ। ਸੋ ਲੜਾਈ ਲੜਾਂਗੇ ਪੂਰੀ, ਜਦ ਤੱਕ ਪਰਮਾਤਮਾ ਨੇ ਹਿੰਮਤ ਦਿੱਤੀ ਹੈ। ਸੋ ਤੁਹਾਡੀਆਂ ਵੈਲ ਵਿਸ਼ਸ ਮੇਰੇ ਨਾਲ ਨੇ, ਕਈ ਮੇਰੇ USA UK ਤੋਂ ਫੈਨਸ ਨੇ ਉਸ ਪਰਿਵਾਰ ਵਾਸਤੇ ਸਪੈਸ਼ਲ ਸੁਨੇਹਾ ਦਿੱਤਾ, ਮੈਂ ਉਹਨਾਂ ਪਰਿਵਾਰਾਂ ਨਾਲ ਵੀ, ਉਹਨਾਂ ਬੰਦਿਆਂ ਨਾਲ ਇਸ ਪਰਿਵਾਰ ਦੀ ਵੀ ਗੱਲ ਕਰਾਵਾਂਗਾ, ਵੀਡੀਓ ਕਾਲ ਜਾਂ ਆਡੀਓ ਕਾਲ ਜਿੱਦਾਂ ਦੀ ਕੋਈ ਚਾਹੇਗਾ। ਸੋ ਜਦੋਂ ਵੀ, ਬਾਕੀ ਕਈ ਭੈਣ ਭਰਾਵਾਂ ਨੇ ਮੈਨੂੰ ਇਹ ਮੈਸੇਜ ਭੇਜਿਆ ਕਿ ਉਹ ਉਸ ਪਰਿਵਾਰ ਨੂੰ ਪੈਸੇ ਦੇਣਾ ਚਾਹੁੰਦੇ ਆ, ਉਹਦੇ ਵਾਸਤੇ ਮੈਂ ਤੁਹਾਨੂੰ ਇੱਕੋ ਰਿਕੁਐਸਟ ਕਰਦਾ ਕਿ ਆਪਣਾ ਡਿਟੇਲਡ ਮੈਸੇਜ ਤੁਸੀਂ ਬਣਾ ਕੇ ਮੈਨੂੰ ਭੇਜਿਆ ਕਰੋ, ਜਿਹਦੇ ਵਿੱਚ ਤੁਹਾਡਾ ਨਾਮ, ਤੁਹਾਡਾ ਫੋਨ ਨੰਬਰ, ਤੁਹਾਡਾ ਵਟਸਐਪ ਵਾਲਾ ਫੋਨ ਨੰਬਰ, ਅਤੇ ਤੁਹਾਡੀ ਉਹ ਡਿਟੇਲ ਹੋਵੇ ਪੂਰੀ, ਬਈ ਤੁਸੀਂ ਕੀ ਕੀ ਕਰਨਾ ਚਾਹੁੰਦੇ ਹੋ, ਕਿਸ ਕਰਕੇ ਤੁਹਾਨੂੰ ਉਸ ਪਰਿਵਾਰ ਨਾਲ ਮਿਲਣਾ, ਉਹ ਮੈਸੇਜ ਐਡਰੈਸ ਮੈਂ ਪਰਿਵਾਰ ਨੂੰ ਭੇਜਾਂਗਾ। ਜੇ ਪਰਿਵਾਰ ਚਾਹੇਗਾ
ਤੁਹਾਡੇ ਨਾਲ ਸੰਪਰਕ ਕਰੇਗਾ ਜਾਂ ਫਿਰ ਮੇਰੇ ਥਰੂ ਤੁਹਾਡੇ ਨਾਲ ਸੰਪਰਕ ਕਰੇਗਾ। ਮੇਰੇ ਕੋਲ ਸਾਰਿਆਂ ਦੇ ਨੰਬਰ ਨੇ ਬਟ ਮੈਂ ਨਹੀਂ ਦੇ ਸਕਦਾ ਬਿਨਾਂ ਪਰਿਵਾਰ ਦੀ ਪਰਮਿਸ਼ਨ ਤੋਂ। ਸੋ ਮੇਰੇ ਸਾਰੇ ਦੋਸਤਾਂ ਨੂੰ ਫੈਨਸ ਨੂੰ ਇਹੋ ਰਿਕੁਐਸਟ ਹੈ ਕਿ ਮੈਂ ਆਲਦੋ ਯੂ ਆਰ ਵੈਰੀ ਸਿੰਸੀਅਰ ਬਟ ਇੱਕ ਮਰਿਆਦਾ ਇੱਕ ਪ੍ਰੋਟੋਕੋਲ ਹੈ ਉਸ ਤੋਂ ਬਾਹਰ ਮੈਂ ਵੀ ਨਹੀਂ ਜਾ ਸਕਦਾ। ਸੋ ਥੈਂਕ ਯੂ ਵੈਰੀ ਮੱਚ ਦੋਸਤੋ, ਆਪਾਂ ਜਲਦ ਮਿਲਦੇ ਹਾਂ। ਸੋ ਸ਼ਾਮ ਦੀ ਚਾਹ ਹੋ ਗਈ ਹੈ ਸਾਡੀ, ਰਾਤ ਦੀ ਰੋਟੀ ਹੁਣ ਦੇਖਦੇ ਹਾਂ ਕਿੱਥੇ ਨਸੀਬ ਹੁੰਦੀ ਹੈ ਕਿੱਥੇ, ਕਿਉਂਕਿ ਇਸ ਇਲਾਕੇ 'ਚ ਢਾਬੇ ਵੀ ਇਹੋ ਜਿਹੇ ਨੇ ਔਰ ਪੁਆਇੰਟਸ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ, ਬਟ ਸਟਿਲ ਰੋਟੀ ਤਾਂ ਖਾਵਾਂਗੇ, ਜਦੋਂ ਖਾਵਾਂਗੇ ਤੁਹਾਨੂੰ ਉਹਦੇ ਵੀ ਦਿਆਂਗੇ। ਸੋ ਮੇਰੇ ਵੱਲੋਂ ਥੈਂਕ ਯੂ ਫੋਰ ਨਾਓ। ਸੋ ਦੋਸਤੋ ਤੁਸੀਂ ਰਸਤਾ ਵੀ ਦੇਖ ਸਕਦੇ ਹੋ ਅਤੇ ਬਾਕੀ ਜਿਵੇਂ ਵਕੀਲ ਸਾਹਿਬ ਨੇ ਵੀ ਦੱਸਿਆ, ਲਵਪ੍ਰੀਤ ਲਵੀ ਵੀਰ ਦੇ ਪਿਤਾ ਜੀ ਅਤੇ ਉਹਦੇ ਮਾਮਾ ਜੀ ਵੀ ਉਸ ਹਰਚਰਨ ਮਰਹੂਮ ਹਰਚਰਨ ਦੇ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਜਾ ਰਹੇ ਨੇ, ਕਿਉਂਕਿ ਕਹਿ ਸਕਦੇ ਜਿਸ ਤਨ ਲਾਗੇ ਸੋ ਤਨ ਜਾਣੇ। ਜਿਵੇਂ ਕਿ ਵਕੀਲ ਸਾਹਿਬ ਨੇ ਵੀ ਦੱਸਿਆ ਕਿ ਬਾਹਰੋਂ ਵੀ ਕਾਫੀ ਦੋਸਤਾਂ ਦੇ ਫੋਨ ਆ ਰਹੇ ਨੇ ਕਿ ਉਸ ਪਰਿਵਾਰ ਦਾ ਦੁੱਖ ਸਾਂਝਾ ਕਰਨਾ ਚਾਹੁੰਦੇ ਨੇ, ਕਿਉਂਕਿ ਦੋਸਤੋ ਸਿਆਣਿਆਂ ਨੇ ਵੀ ਕਿਹਾ ਕਿ ਵੰਡੇ 'ਤੇ ਦੁੱਖ ਘੱਟਦਾ ਹੈ ਅਤੇ ਖੁਸ਼ੀ ਵੱਧਦੀ ਹੈ। ਸੋ ਲੋੜ ਹੈ ਕਿ ਇਹਨਾਂ ਪਰਿਵਾਰਾਂ ਦੇ ਨਾਲ ਖੜਨ ਦੀ, ਕਿਉਂਕਿ ਪੰਜਾਬੀ ਦਾ ਆਪਣੇ ਇਸ ਸੁਭਾਅ ਕਰਕੇ ਜਾਣੇ ਜਾਂਦੇ ਨੇ ਕਿ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਇੱਕ ਦੂਜੇ ਨਾਲ ਡਟ ਕੇ ਖੜਦੇ ਨੇ। ਸੋ ਤੁਸੀਂ ਬਣੇ ਰਹੋ ਸਾਡੇ ਨਾਲ, ਅੱਗੇ ਦੀ ਵੀ ਅਪਡੇਟ ਦਿੰਦੇ ਰਹਾਂਗੇ ਅਤੇ ਐਕਸਕਲੂਸਿਵ ਵੀਡੀਓਜ਼ ਤੁਹਾਡੇ ਲਈ ਬਹੁਤ ਜ਼ਿਆਦਾ। ਇਸ ਵਾਰ ਕੁਝ ਵੱਡੇ ਖੁਲਾਸੇ ਆਉਣਗੇ ਜੋ ਕਿ ਇਸ ਕੇਸ ਦੇ ਵਿੱਚ ਅਹਿਮ ਅਤੇ ਨਵੇਂ ਮੋੜ ਵੀ ਨਿਰਧਾਰਿਤ ਕਰਨਗੇ। ਸੋ ਤੁਸੀਂ ਬਣੇ ਰਹਿਣਾ ਸੁਨੀਲ ਮੱਲਨ ਐਡਵੋਕੇਟ ਯੂਟਿਊਬ ਚੈਨਲ ਦੇ ਨਾਲ ਅਤੇ ਲਿਮਿਟਡ ਗਿਆਨ ਯੂਟਿਊਬ ਚੈਨਲ ਦੇ ਨਾਲ। ਧੰਨਵਾਦ। टोल पे जाम होने के कारण रूट इन्होंने सिंगल कर दिया और एक ही तरफ से इन एंड आउट, रॉन्ग साइड एंट्री है और अभी हम अपनी लेन पे चढ़ेंगे। काफी बड़ा जाम था पीछे और बस बीच में भी रोड बन रही है, क्रॉस रोड आसपास नहीं है। ਦੇਖੋ ਯੂਪੀ ਦੇ ਰਾਤ ਦੇ ਹਾਲਾਤ, ਹਜੇ ਤਾਂ ਇਹਦੇ ਕਰਕੇ ਲਾਈਟ ਹੋਈ ਵੀ ਆ, ਗੱਡੀ ਕਰਕੇ ਬਿਲਕੁਲ ਹਨੇਰਾ ਪਿਆ ਰੋਡ ਤੇ। ਮੇਨ ਰੋਡ ਆ ਦੱਸੋ, ਮੇਨ ਹਾਈਵੇ ਆ ਮੁਰਾਦਾਬਾਦ ਤੋਂ ਬਰੇਲੀ। ਤੇ ਇੱਕ ਹੋਰ ਗੱਲ ਦੱਸੀ, ਇੱਥੇ ਜਿਹੜੇ ਟੋਲ ਪਲਾਜ਼ਾ ਨੇ 250 ਰੁਪਏ ਟਿਕਟਾਂ ਤੇ, ਰੋਡਾਂ ਦੇ ਹਾਲਾਤ ਇਹੋ ਜਿਹੇ ਨੇ ਵੀ ਆ ਲੱਗਦਾ ਇਹਦੇ ਨਾਲ ਪੈਦਲ ਹੀ ਚੱਲ ਲਵਾਂ। ਨੱਚਦੀ ਕਿੰਨੀ ਪਈ ਆ, ਵੀਡੀਓ ਚੈੱਕ ਕਰੋ ਇਹਦਾ। ਜੇ ਫੇਰ ਠੀਕ ਆ ਗਈ, ਰੱਬ ਨੇ ਚਿਤ ਰੱਖਦੀ ਇਹਨਾਂ ਦੀ, ਲੇਕਿਨ ਬਹੁਤ ਰੋਡ ਖਰਾਬ ਨੇ। 250 ਰੁਪਏ ਇੱਕ ਟੋਲ ਪਲਾਜ਼ਾ ਤੇ ਪਰਚੀ ਆ, 6 ਟੋਲ ਪਲਾਜ਼ੇ ਅਸੀਂ ਕ੍ਰੋਸ ਕੀਤੇ ਆ, ਅਜੇ 10-11 ਹੋਰ ਪਏ ਨੇ, 15-16 ਟੋਟਲ ਆਉਂਦੇ ਨੇ ਮੇਰੇ ਖਿਆਲ ਨਾਲ। ਨਹੀਂ ਆਪਣੇ ਘੱਟ ਹੈ, ਹੁਣ 2 ਹੀ ਰਹਿ ਗਏ। ਅੱਛਾ ਜੀ, ਉਹ ਦੂਏ ਇੱਥੇ ਉਹ ਮਰੂਥਲ ਕਿੱਧਰ ਦੇ, ਉੱਧਰਲੇ ਰੋਡ ਤੇ ਦੇਖ ਸਕਦੇ ਹੋ ਰੋਡ ਕਿਹੇ ਆ। ਉਧਰੋਂ ਜਗਿੰਦਰ ਵਾਸੀ ਦਾ ਨੰਬਰ ਹੈ ਜੀ, ਉਹਦੇ ਵੀ 2 ਦਿਨ ਦੇਖੇ, ਉਹਦੀਆਂ ਫਿਰ ਮੈਨੂੰ ਇੰਨੀਆਂ ਵਧੀਆ ਨਹੀਂ ਲੱਗੀਆਂ ਜੀ, ਫਿਰ ਉਹਦੇ ਮੈਨੂੰ ਵਧੀਆ, ਫਿਰ ਮੈਂ ਉਹਦਾ ਹਟ ਗਿਆ। ਓ ਕਮ ਓਨ ਬੇਬੀ, ਓ ਮਾਈ ਗੋਡ, ਮੱਲਨ ਕਿਸੇ ਨੇ ਕਮੈਂਟ ਪੜ੍ਹਿਆ, ਕਹਿੰਦਾ ਸਰ ਪਿੰਡ ਮੈਂ ਸ਼ਾਇਦ ਵੀ ਪਿੰਡ ਹੋਵੇ ਜਿਹੜਾ ਕਮੈਂਟ ਕੀਤਾ। ਫੈਮਿਲੀ ਢਾਬਾ
ਲੱਗਦਾ ਪੈਪਸੀ ਦਾ ਫ੍ਰਿਜ ਪਿਆ ਹੈਗਾ ਸਮਾਨ ਦੇਖਦੇ ਹਾਂ ਯੂਪੀ ਮੇ ਆਜ ਕਿਆ ਮਿਲਤਾ ਹੈ ਕਟਲ ਸਰ ਹਾਂਜੀ ਮਲਨ ਸਾਹਿਬ ਕਿਆ ਹਾਲ ਚਾਲ ਬੜੀਆ ਆਪ ਸੁਣਾਓ ਸਰ ਬਸ ਠੀਕ ਠਾਕ ਮਲਨ ਸਾਹਿਬ ਅਭੀ ਫ੍ਰੀ ਹੈ ਕਿਆ ਬਾਤ ਕਰ ਸਕਤੇ ਹੈ ਜੀ ਜ਼ਰੂਰ ਕਰ ਸਕਤੇ ਹੈ ਸਰ ਅਭੀ ਆਗੇ ਜੋ ਹੈ ਮਿਲੇ ਹੈ ਜੀ ਹੈਲੋ ਹਾਂਜੀ 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 ਮੈਂ ਕਿਹਾ ਜੋ ਇਹਨਾਂ ਨੇ ਲੈਟਰ ਦਿਆ ਥਾ ਨਾ ਕਿ ਹਮ ਤੀਨ ਮਹੀਨੇ ਮੇਂ ਵੋ ਕਰ ਦੇਂਗੇ